ਆਹ ਮੁੱਖ ਮੰਤਰੀ ਚੁਣਿਆ ਯਾਰ ਅਸੀਂ ਪੰਜਾਬ ਦੇ ਅੰਦਰ, ਅੱਜ ਸਾਡੀ ਪ੍ਰੈਸ ਕਾਨਫਰੰਸ ਨੂੰ ਰੋਕਣ ਲਈ ਇੱਥੇ ਸੈਂਕੜੇ ਕੁੱਤੇ ਲਾਏ ਹੋਏ ਆ, ਡੰਡੇ ਲੈ ਕੇ ਆਲੇ ਦੁਆਲੇ ਬੱਸਾਂ ਭਰ ਕੇ ਗੱਡੀਆਂ ਭਰ ਕੇ ਸਾਰੀ ਪੁਲਿਸ ਦੁਆਲੇ ਖੜੀ ਆ। ਅਸੀਂ ਡਾਕਾ ਮਾਰ ਰਹੇ ਹਾਂ, ਕਤਲ ਕਰ ਰਹੇ ਹਾਂ, ਚਿੱਟਾ ਵੇਚ ਰਹੇ ਹਾਂ, ਚਿੱਟਾ ਵੇਚਣ ਵਾਲੇ ਸ਼ਰੇਆਮ ਵੇਚ ਰਹੇ ਆ। ਸ਼ਰੇਆਮ ਅੱਜ ਡਾਕੇ ਵੱਜਦੇ, ਚੋਰੀਆਂ ਹੁੰਦੀਆਂ, ਲੁੱਟਾਂ ਹੁੰਦੀਆਂ, ਰੋਜ਼ ਕਤਲ ਹੁੰਦੇ ਆ। ਆਹ ਖੜੇ ਨਹੀਂ ਜਾਂਦੇ ਪੁਲਿਸਾਂ ਤੋਂ, ਆਹ ਸਰਕਾਰਾਂ ਤੋਂ। ਇੱਥੇ ਸਾਡੀ ਪ੍ਰੈਸ ਕਾਨਫਰੰਸ ਰੋਕਣ ਲਈ ਆਏ ਆ। ਕੱਲ੍ਹ ਦਾ ਸਾਡੇ ਆਖਣਾ ਕਮਿਸ਼ਨ ਖੜਾ ਜੀ, DCP ਲੁਧਿਆਣਾ ਬੁਲਾ ਕੇ ਕਹਿ ਰਿਹਾ ਪ੍ਰੈਸ ਕਾਨਫਰੰਸ ਨਹੀਂ ਕਰਨ ਦੇਣੀ। ਕਿਉਂ ਬਈ, ਅਸੀਂ ਮਾੜਾ ਕਰ ਰਹੇ ਹਾਂ। ਆਹ ਲੋਕ ਮਰ ਗਏ ਸਾਰਾ ਦੱਖਣੀ ਮਾਲਵਾ ਯਾਰਾ, ਜਿਹੜਾ ਪਾ ਕੇ ਤੁਸੀਂ ਮਾਰਤੇ 40 ਸਾਲ ਤੋਂ ਪਾਈ ਡਰਾਮਾ, ਜਿਹੜਾ ਤੁਸੀਂ 9 ਕਰੋੜ ਲੀਟਰ ਪਾਣੀ, ਜਿਵੇਂ ਬਾਈ ਅਮਤੋਜ ਨੇ ਕਿਹਾ 9 ਕਰੋੜ ਲੀਟਰ ਪਾਣੀ ਰੋਜ਼ ਦਾ ਪੈਂਦਾ, ਰੋਜ਼ ਦਾ ਉਹ ਮਰ ਗਏ ਸਾਰੇ ਇੱਥੇ ਕਾਲੇ ਪੀੜੀਏ ਦਾ ਕੈਂਸਰ ਦਾ, ਹੱਡੀਆਂ ਦੇ ਰੋਗ, ਚਮੜੀ ਦੇ ਰੋਗ, ਜਵਾਕ ਮਰ ਚੁੱਕੇ ਸਾਡੇ ਯਾਰ। ਤੁਸੀਂ ਸਮਝ ਸਰਕਾਰ ਪੁੱਛਣੇ, ਇਹਨੂੰ ਪੁੱਛਣਾ ਨੀ ਸਰਕਾਰ, ਤਾਂ ਕਹਿੰਦੇ ਆ ਏਡਾ ਧੱਕਾ, ਏਡੀ ਗੁੰਡਾਗਰਦੀ। ਸ਼ਰਿਆਂ ਪੁਲਿਸ ਨੇ ਕਿਹਾ ਕਿ ਉੱਥੇ ਨਹੀਂ ਬੈਠਣ ਦੇਵਾਂਗੇ, ਅਸੀਂ ਕਾਨਫਰੰਸ ਨਹੀਂ ਕਰਦੇ, ਅਸੀਂ ਐਲਾਨ ਕਰਦੇ ਹਾਂ ਰਾਜ। ਪੁਲਿਸ ਨੂੰ ਵੀ ਕਹਿੰਦੇ ਆ, ਸਰਕਾਰ ਨੂੰ ਵੀ ਕਹਿੰਦੇ ਆ ਵੀ ਅਸੀਂ 3 ਦਸੰਬਰ ਰੱਖਿਆ, ਸ਼ਰਿਆਂ ਬੰਦ ਕਰਾਂਗੇ, ਜੋ ਮਰਜ਼ੀ ਕਰ ਲਿਓ ਯਾਰ। ਇਹ ਬਹੁਤ ਹੋ ਗਿਆ, ਤੁਹਾਡੇ ਚ ਪਰਚਾ ਦੇ ਰਹੇ, ਗੋਲੀਆਂ ਡਾਂਗਾ ਜੋ ਮਰਜ਼ੀ ਮਾਰ ਲਿਓ ਯਾਰ, ਆਵਾਂਗੇ। ਇਹ 3 ਦਸੰਬਰ ਕਿਉਂ ਰੱਖੀ ਹੈ ਵੀ ਸੁਣ ਲਓ, ਅਸੀਂ ਜਿੱਦੇ ਐਲਾਨ ਕੀਤਾ ਨਾ ਵੀ 1 ਤਰੀਕ ਨੂੰ ਇੱਥੇ ਬੈਠਾਂਗੇ, ਅਗਲੇ ਦਿਨ ਐਲਾਨ ਹੁੰਦਾ ਸਰਪੰਚੀ ਦੀਆਂ ਚੋਣਾਂ ਦਾ। ਬਹੁਤ ਬੰਦਿਆਂ ਦੇ ਫੋਨ ਆਉਂਦੇ ਆ ਸੱਜਣਾਂ ਦੇ, ਕਹਿੰਦੇ ਬਾਈ ਜਾਂ ਚੋਣਾਂ ਆ ਗਈਆਂ, ਉਲਝੇ ਹੋਏ, ਕੁਝ ਨਾ ਕਾਗਜ਼ ਭਰਦੇ, ਕੁਝ ਨਾ ਗੇੜਾ ਦਿੰਦੇ ਆ, ਤੁਸੀਂ ਇਹਨੂੰ ਅੱਗੇ ਰੱਖ ਲਓ। ਅਸੀਂ ਆਖਿਆ ਜੀ ਅੱਗੇ ਰੱਖਦੇ ਹਾਂ, 15 ਤੋਂ ਬਾਅਦ ਵੈਸੇ ਝੋਨੇ ਦੀ ਬੜਾਈ ਸ਼ੁਰੂ ਆ, ਕਹਾਂ ਕਣਕ ਵੀ ਬੀਜਣੀ ਆ, ਕੋਈ ਗੱਲ ਨਹੀਂ, ਝੋਨਾ ਵੱਢ ਲਿਓ, ਕਣਕ ਬੀਜ ਲਿਓ, ਉਦੋਂ ਬਾਅਦ 3 ਦਸੰਬਰ ਨੂੰ ਖੁੱਲ੍ਹਾ ਟਾਈਮ ਹੈ, ਪੂਰੇ ਪੰਜਾਬ 'ਚ ਉਦੋਂ ਪਹਿਲਾਂ ਤੁਰਾਂਗੇ। ਇਹ ਐਲਾਨ ਆ, ਸ਼ਰੇਆਮ ਐਲਾਨ ਹੈ। ਜੇ 18 ਜੂਨ ਨੂੰ ਅਸੀਂ ਕਿਹਾ ਸੀਗਾ ਨਾ ਵੀ ਬੰਦ ਕਰਾਂਗੇ ਤਾਂ ਬੰਦ ਕਰਾਂਗੇ ਯਾਰ, ਇਹ ਹੁਣ ਭਗਵੰਤ ਨੇ ਸੋਚਣਾ, ਸਰਕਾਰ ਨੇ ਸੋਚਣਾ ਕਿ ਤੁਸੀਂ ਆਹ ਗੁੰਡਾਗਰਦੀ ਕਰਨੀ ਆ, ਆਹ ਧੱਕੇਸ਼ਾਹੀ ਕਰਨੀ ਆ, ਆਹ ਤਾਂ ਜਮਾਂ ਹੀ ਹੱਦ ਹੋ ਗਈ ਵੀ ਅਸੀਂ ਪ੍ਰੈਸ ਦੇ ਵਿੱਚ ਵੀ ਨਾ ਜੀ ਤੜਕੇ ਦਾ ਇੰਸਪੈਕਟਰ ਫੋਨ ਕਰੀ ਜਾਂਦਾ ਇਹਨਾਂ ਬੰਦਿਆਂ ਨੂੰ, ਸਾਡੇ ਟੀਮ ਨੂੰ ਕਿ ਨਾ ਜੀ ਉੱਥੇ ਵੀ ਅਸੀਂ ਪ੍ਰੈਸ ਕਰਨ ਬਦਲਾ ਲਾ ਕੇ 4 ਰੁਪਏ ਦੇ ਬੰਦੇ, ਨਾ ਅਸੀਂ ਸੜਕ ਰੋਕਣ ਦੀ ਗੱਲ ਕਰਦੇ ਹਾਂ ਯਾਰ, ਨਾ ਲੋਕਾਂ ਨੂੰ ਤੰਗ ਕਰ ਰਹੇ ਹਾਂ, ਆਪਣੀ ਗੱਲ ਰੱਖਣਾ ਵੀ ਅਧਿਕਾਰ ਨਹੀਂ। ਪਹਿਲਾਂ ਇਹਨਾਂ ਨੇ ਕੀ ਕੀਤਾ, 24 ਦਾ ਇਕੱਠ ਹੋਇਆ ਇੱਥੇ, ਐਸੇ ਪੌਦੇ ਥੱਲੇ ਵੱਡਾ, ਸਾਰੇ ਮੀਡੀਆ ਨੂੰ ਕਹਿ ਕੇ ਸਰਕਾਰ ਨੇ ਰੋਕਿਆ ਕਿ ਅਸੀਂ ਇਹ ਕਰਨ ਨਹੀਂ ਦੇਣਾ, ਇਹਨੂੰ ਚਲਾਓ ਨਾ, ਇਹਨੂੰ ਬੰਦ ਕਰ ਦਿਓ, ਡਿਲੀਟ ਵੀ ਕਰਾਈਆਂ ਸਾਡੀਆਂ ਇੱਥੋਂ ਦੀ ਕਵਰੇਜ ਹੋਈ ਵੀ। ਫਿਰ ਹੁਣ ਪੁਲਿਸ ਅਸੀਂ ਦਬਾਅ ਪਾਉਣ ਲੱਗ ਗਏ ਵੀ ਉੱਥੇ ਨਹੀਂ ਬੈਠਣ ਦੇਵਾਂਗੇ ਜੀ, ਇਹਦਾ ਕੋਰਟ ਲੱਗਿਆ, ਕਮਾਲ ਆ ਯਾਰ, ਉਹ ਕੋਰਟ ਅਸੀਂ ਢੂਹੇ 'ਚ ਲੈਣਾ, ਸਾਡੇ ਮਰ ਗਿਆ ਪੰਜਾਬ ਕਹਿਣਾ, ਬਾਬਾ ਕੇ ਮਾਰਤਾ ਤੁਸੀਂ। ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ, ਓਏ ਤੁਸੀਂ ਕਿਹੜੀਆਂ ਵੋਟਾਂ ਜੋੜਦੇ ਫਿਰਦੇ ਹੋ, ਉਹ ਤੁਹਾਡੇ ਜਵਾਕ ਨਹੀਂ ਪੈਦਾ ਹੋਣੇ, ਜਵਾਕ ਹੋਏ ਸਾਰੇ ਪਾਣੀ 'ਚ ਯੂਰੇਨੀਅਮ ਆ ਗਿਆ, ਧਰਤੀ ਹੇਠਾਂ ਯੂਰੇਨੀਅਮ ਆ ਗਿਆ, ਦਰਿਆਵਾਂ ਦੇ ਪਾਣੀਆਂ 'ਚ ਯੂਰੇਨੀਅਮ ਆ ਗਿਆ, ਕਿਵੇਂ ਬਚਣਾ, ਪੁਲਿਸਾਂ ਦੇ ਖੜੇ ਪਾਣੀ ਨਹੀਂ ਪੀਂਦੇ, ਭਗਵੰਤਮਾਨ ਪਾਣੀ ਨਹੀਂ ਪੀਂਦਾ, ਇਹਨਾਂ ਦੇ ਵਰਕਰ ਪਾਣੀ ਨਹੀਂ ਪੀਂਦੇ, ਉਹ ਪਾਣੀ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਪੀਂਦੇ ਆ, ਉਹ ਪਾਣੀਆਂ ਦਾ ਜੀਵਨ ਆ, ਉਹ ਖੜ ਕੇ ਦੇਖੋ ਕਿਤੇ ਬੁੱਢੇ ਦਰਿਆ ਤੇ ਆ ਕੇ ਖੜ ਕੇ ਦੇਖੋ, ਦਸਾਂ ਮਿੰਟ ਡਿੱਗ ਪਾਉਂਗੇ, ਓਏ ਜਿਹੜੀਆਂ ਜਿਹੜਾ ਲੋਕਾਂ ਤੁਸੀਂ ਪੀ ਰਹੇ ਆ, ਹੱਥ ਬੰਨ ਕੇ ਬੇਨਤੀਆਂ ਪੰਜਾਬ ਦੇ ਲੋਕੋ, ਉਹ ਛੱਡ ਦੋ ਇਹਨਾਂ ਨੇ ਚੱਪਾ ਚੱਪਣੀਆਂ ਲੀਟਰਾਂ ਦੀਆਂ, ਉਹ ਤੁਸੀਂ 10 ਰੁਪਇਆ ਲਾ ਕੇ ਉਹ ਜ਼ਮੀਨਾਂ ਵੇਚ ਕੇ ਸਰਪੰਚੀ ਦੇ ਵਿੱਚ ਹੋਣਾ,
ਤੁਸੀਂ ਉਹ ਪਿੱਛੇ ਪਿੱਛੇ ਭੱਜੇ ਫਿਰਦੇ ਹੋ, ਮੈਂ ਫਲਾਨੀ ਪਾਰਟੀ ਦਾ, ਮੈਂ ਧਮਕਾਨੀ ਪਾਰਟੀ ਦਾ, ਉਹ ਕੀ ਟੱਕੂ ਦਿੱਤਾ ਪਾਰਟੀਆਂ ਨਾਲ, ਜ਼ਮੀਨਾਂ ਵੇਚ ਬੈਠੋਗੇ, ਘਰ ਲਾ ਲਓਗੇ, ਦੁਸ਼ਮਣੀਆਂ ਪਾਲੋਗੇ, ਬੰਦੇ ਮਾਰੋਗੇ, ਸਿਰ ਪਾੜੋਗੇ, ਕੋਈ ਆਪ ਬਚਾ ਲਓ ਜੇ ਆਪਦੀ ਜਵਾਨੀ ਆਪਦੇ ਜਵਾਬ ਦੇਣਾ, ਜਹਿਰਾਂ ਤੋਂ ਰੋਕ ਲਓ ਪੰਜਾਬ ਨੂੰ, ਉਹ ਪਾ ਚੱਲਿਆ ਬਾਹਰ ਨੂੰ ਪੰਜਾਬ, ਉਹ ਮਾੜੇ ਮੋਟੇ ਚਿੱਟੇ ਨਾਲ ਮਾਰਦੇ ਹੋਏ ਉਹ ਰਹਿੰਦੇ ਖੁੰਦਾਂ ਨੂੰ ਪਾਣੀ ਮਾਰ ਦੂ, ਪਾਣੀ ਮਾਰ ਦੂ, ਆਹ ਸਾਰਾ ਦੱਖਣੀ ਮਾਲਵਾ ਗਿਆ, ਫਿਰੋਜ਼ਪੁਰ ਤੋਂ ਲੈ ਕੇ ਬੋਹਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗੇ ਦੇ ਪਿੰਡਾਂ ਦੇ 80% ਲੋਕਾਂ ਨੂੰ ਕਾਲਾ ਪੀ ਲਿਆ, 12-13 ਕੇ ਮਹੀਨੇ ਚ ਕੈਂਸਰ ਦੇ ਸਾਹਮਣੇ ਆਉਂਦੇ ਆ, ਸਾਲ ਸਾਲ ਦੇ ਜਵਾਕਾਂ ਦੇ ਗੁਰਦੇ ਫੇਲ ਹੋ ਗਏ, ਖਰਚਾ ਭਰੇ ਪਏ ਆ, ਉਹ ਰਿਪੋਰਟਾਂ ਦੱਬੀਆਂ ਜਾਣ ਬੁੱਝ ਕੇ ਸਰਕਾਰ ਨੇ ਰਿਪੋਰਟਾਂ, ਇਹ ਜਰੇਨੀ ਮੱਚਦਾ ਨੀ, 10 ਸਾਲ ਪਹਿਲਾਂ ਦੀਆਂ ਰਿਪੋਰਟਾਂ ਵੀ ਪਾਣੀ ਜਰੇਨੀ ਆ, ਮੈਂ ਜਾਣ ਕੇ ਰਿਪੋਰਟਾਂ ਦੱਬੀਆਂ ਇਹ, ਕਿ ਲੋਕਾਂ ਨੂੰ ਜੇ ਪਤਾ ਲੱਗ ਜਰੇਨੀ ਪਾਣੀ, ਲੋਕ ਉੱਠ ਨਾ ਖੜੇ ਹੋਣ, ਉੱਠ ਖੜੋ, ਹੁਣ ਤਾਂ ਮਰ ਚੱਲੇ, ਹੁਣ ਤਾਂ ਖੱਪ ਚੱਲੇ, ਸੋ ਇਸ ਕਰਕੇ ਅਸੀਂ ਅੱਜ ਦਾ ਪ੍ਰੋਗਰਾਮ ਆ ਅੱਗੇ ਪਾਇਆ, ਜੇ ਕਿਸੇ ਨੂੰ ਲੱਗਦਾ ਕਿ ਸਾਡੇ ਦਬਾਅ ਕਰਕੇ ਆ ਸ਼ਰਮ ਚੈਲੰਜ ਕਰਦਾ, ਆਹ ਸਰਿਆ ਬੰਦ ਹੋ ਜਾ, ਜੇ ਬਹਿਣਾ ਹੁੰਦਾ ਵੀ ਬਹਿੰਦਾ ਜੀ, ਤੇ 3 ਤਰੀਕ ਨੂੰ ਸ਼ਰਮ ਚਿੱਟੇ ਦਿਨ ਆ ਕੇ ਬੰਦ ਕਰਾ ਕੇ ਪੰਜਾਬ ਦੇ ਲੋਕਾਂ ਨੂੰ ਕੀ ਕਰਦਾ ਓਏ, ਆ ਜਾਓ, ਜੇ ਬਚਣਾ 3 ਦਸੰਬਰ ਯਾਦ ਰੱਖੋ ਤੂੰ ਪਹਿਲਾਂ ਪੰਜਾਬ ਦੇ ਵਿੱਚ ਨਿਕਲਾਂਗੇ, ਇਸ ਜਿਹੜਾ ਲੋਕਾਂ ਨੂੰ ਜਗਾਵਾਂਗੇ, ਦਿਖਾਵਾਂਗੇ ਵੀ ਆਈਆਂ ਨਾ ਪੀ ਰਹੇ ਹਾਂ, ਆ ਜਿਹੜਾ ਉੱਥੇ ਜਦੋਂ ਅਸੀਂ ਰਿਹਰਸਲ ਵੀ ਕੀਤੀ, ਮੂੰਹ ਬੰਨ ਕੇ ਖੜਨਾ ਪੈਂਦਾ, ਜੋ ਲੱਖੇ ਨੇ ਕਿਹਾ ਨਾ ਉਹਨੇ ਖੜਕੇ ਵਿਖਾ ਦਿਓ, ਜਮਾਲਪੁਰ ਜਾ ਕੇ ਸਾਰਾ ਸਿਰ ਭਰ ਜਾਂਦਾ, ਕੁੜਤੇ ਪਜਾਮੇ ਕਾਲੇ ਹੋ ਜਾਂਦੇ ਨੇ, ਇਹ ਤੁਹਾਡੇ ਲਈ ਆ, ਉਹ ਕਿਹਦੇ ਲਈ ਹੈ, ਅੱਜ ਉਹਨੇ ਲੱਖੇ ਨੇ ਕਿਹਾ ਪੀਂਦੇ ਨੀ ਸਾਰੇ ਜਣੇ, ਆਹ ਭਗਵੰਤ ਮਾਨ ਨੂੰ ਹੁਣ ਪਤਾ ਨੀ ਕੀ ਲੇਬਰ ਦੀ ਪ੍ਰੋਬਲਮ ਹੋਈ ਹੈ, ਪਾਣੀਆਂ ਨਾਲ ਹੀ ਹੁੰਦੀ ਹੈ, ਕਦੇ ਨਾਲ ਹੁੰਦੀ ਹੈ ਇਹ, ਕਦੇ ਲਈ ਹੈ ਇਹ, ਸੋ ਤੁਹਾਨੂੰ ਦੱਸ ਰਹੇ ਇਹ ਕਰ ਵੀ ਦੇਣਾ ਸੀ, ਇਸ ਲਈ ਰੁਕਿਆ ਕਿ ਪੰਜਾਬ ਗੌਰਮੈਂਟ ਕਹਿ ਰਹੀ ਹੈ ਅਸੀਂ ਬੰਦ ਕਰ ਰਹੇ ਹਾਂ, ਤੇ ਜੇ ਤੁਸੀਂ ਆਪਦਾ ਆਰਡਰ ਵੀ ਫਾਲੋ ਨਹੀਂ ਕਰ ਰਹੇ ਤਾਂ ਕੀ ਇਹ ਤੁਸੀਂ ਰਹਿਣ ਦਾ ਤੁਹਾਨੂੰ ਹੱਕ ਹੈ, ਸਰਕਾਰ ਤੁਸੀਂ ਕਹਿ ਰਹੇ ਹੋ ਇਹ ਗਲਤ ਹੈ, ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਰਿਹਾ ਇਹ ਗਲਤ ਹੈ, ਪੰਜਾਬ ਪੋਲਿਊਸ਼ਨ ਬੋਰਡ ਕਹਿ ਰਿਹਾ ਗਲਤ ਹੈ, ਪੰਜਾਬ ਗੌਰਮੈਂਟ ਕਹਿ ਰਹੀ ਹੈ ਗਲਤ ਹੈ, ਤੇ ਜੇ ਫਿਰ ਵੀ ਚੱਲ ਰਿਹਾ ਜਾ ਕੇ ਵੇਖੋ ਹਜੇ ਵੀ ਚੱਲ ਰਿਹਾ, ਤੇ ਜੇ ਚੱਲ ਰਿਹਾ ਤਾਂ ਉਹਦਾ ਦੋਸ਼ੀ ਕੌਣ ਹੈ, ਇਹਨਾਂ ਨੇ ਕੁਛ ਨਹੀਂ ਕਰਨਾ, ਫਿਰ ਇੱਕ ਵਾਰੀ ਤੁਹਾਨੂੰ ਕਹਿ ਰਹੇ ਹਾਂ ਲੋਕਾਂ ਨੂੰ 3 ਤਰੀਕ ਨੂੰ ਤੁਹਾਨੂੰ ਨਾਲ ਲੈ ਕੇ ਚਿੱਟੇ ਦਿਨ ਉਹਨੂੰ ਬੰਦ ਕਰਾਂਗੇ, ਸਭ ਤੋਂ ਪਹਿਲਾਂ ਉਹਨੂੰ ਔਰ ਫਿਰ ਅਗਲੀਆਂ ਚੀਜ਼ਾਂ ਨੂੰ, ਜੇ ਇਹਨਾਂ ਨੇ ਜੋ ਸਾਨੂੰ ਫੜਨਾ ਹੈ, ਕੇਸ ਪਾਉਣੇ ਹੈ, ਕਰਨ ਕਰਦੇ ਕਰਨ, ਜੇ ਗੁਨਾਹ ਹੈ ਨਾ ਤਾਂ ਲੋਕਾਂ ਲਈ, ਇਨਸਾਨੀਅਤ ਲਈ ਅਸੀਂ ਇਹ ਗੁਨਾਹ ਕਰਾਂਗੇ। ਕਾਲੇ ਪਾਣੀ ਦੇ ਮੋਰਚੇ ਦੀ ਟੀਮ ਨੇ ਸਕਸੈਸਫੁਲੀ ਆਪਣਾ ਟ੍ਰਾਇਲ ਜਿਹੜਾ ਆ ਉਹ ਬੁੱਢੇ ਦਰਿਆ ਤੇ ਜਿੱਥੇ ਕਾਲਾ ਪਾਣੀ ਡਿੱਗਦਾ ਕਰ ਲਿਆ, ਜਿਵੇਂ ਕਿ ਮਨੋਜ ਜੀ ਨੇ ਤੁਹਾਨੂੰ ਦੱਸਿਆ। ਇਸ ਤੋਂ ਬਾਅਦ ਕਿਉਂਕਿ ਸਰਕਾਰ ਨੇ ਜੋ ਸਾਡੇ ਹਾਲਾਤ ਬਣਾਏ ਆ, ਸਾਡਾ ਸੰਜਮ ਟੁੱਟ ਚੁੱਕਾ, ਅਸੀਂ ਬਹੁਤ ਬਹੁਤ ਸੰਜਮ ਰੱਖ ਕੇ ਵੇਖ ਲਿਆ, ਅੱਜ ਸਰਕਾਰ ਨੇ ਇੰਨੇ ਮਹੀਨਿਆਂ ਦੇ ਬਾਅਦ ਰਾਬਤਾ ਤਾਂ ਕੀ ਕਰਨਾ ਸੀ, ਸਾਡੇ ਕਾਲੇ ਪੀਂਦੇ ਲੋਕਾਂ ਨੂੰ ਔਰ ਨੁਮਾਇੰਦਾ ਜਮਾਤ ਨੂੰ ਅੱਜ ਭਗਵੰਤ ਮਾਨ ਮੁੱਖ ਮੰਤਰੀ ਦੀ ਸਰਕਾਰ ਇਹ ਸੁਨੇਹਾ ਭੇਜਦੀ ਆ ਪੁਲਿਸ ਦੇ ਰਾਹੀਂ ਵੀ ਤੁਸੀਂ ਆਪਣੀ ਜਿਹੜੀ ਗੱਲ ਵੀ ਰੱਖਣੀ ਹੈ ਉਹ ਵੀ ਰੱਖਣੀ ਛੱਡ ਦਿਓ। ਇਸ ਕਰਕੇ ਜਿਹੜਾ ਸਾਡਾ ਪ੍ਰੋਗਰਾਮ ਹੈ, ਜਿਵੇਂ ਕਿ ਐਲਾਨ ਕੀਤਾ, ਉਹਦਾ ਟ੍ਰਾਇਲ ਸਕਸੈਸਫੁਲ ਹੋਇਆ ਆ, 3 ਤਰੀਕ ਨੂੰ ਬੰਨ ਮਾਰ ਦਿਆਂਗੇ, ਔਰ ਪੰਜਾਬ ਸਰਕਾਰ ਦੇ ਇਸ ਵਤੀਰੇ ਦੀ ਵੀ ਜਿਹੜਾ ਸਾਡੇ ਨਾਲ ਰਾਬਤਾ ਨਾਲ ਰੱਖਿਆ, ਨਾ ਜਿਹੜੇ ਸਰਕਾਰਾਂ ਨੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਆਰਡਰ ਰੱਖੇ, ਨਾ ਉਹਨਾਂ ਨੂੰ ਇੰਪਲੀਮੈਂਟ ਕੀਤਾ, ਹੋ ਸਕਦਾ ਇਹੋ ਜਿਹੀ ਸਰਕਾਰ ਆਪਣੇ ਆਕਾਂ ਦੇ ਮੂਹਰੇ ਬੋਲਣ ਦੀ ਹਿੰਮਤ ਨਾ ਰੱਖਦੀ ਹੋਵੇ, ਪਰ ਪੰਜਾਬ ਦੇ ਲੋਕ ਇਸ ਮੁੱਖ ਮੰਤਰੀ ਵਰਗੇ ਹੈ ਨਹੀਂ, ਆਪਣਾ ਹੱਕ ਲੈਣਾ ਜਾਣਦੇ ਆ,
3 ਤਰੀਕ ਨੂੰ ਇਸ 9 ਕਰੋੜ ਲੀਟਰ ਦੇ ਵਿੱਚੋਂ ਇੱਕ ਵੀ ਬੂੰਦ ਜਿਹੜੀ ਹੈ ਬੁੱਢੇ ਦਰਿਆ ਦੇ ਵਿੱਚ ਨਹੀਂ ਡਿੱਗੂਗੀ। ਹੁਣ ਤੁਹਾਨੂੰ ਬੇਨਤੀ ਹੈ ਵੀ ਜਿਹੜੇ ਵੀ ਤੁਹਾਡੇ ਸਵਾਲ ਹੈ ਸਾਡੀ ਟੀਮ ਦੇ ਮੈਂਬਰਾਂ ਤੋਂ ਨਾਂ ਲੈ ਕੇ ਤੁਸੀਂ ਪੁੱਛ ਸਕਦੇ। ਮਾਨ ਸਾਹਿਬ, ਪ੍ਰਸ਼ਾਸਨ ਸੀਰੀਅਸ ਕਿਉਂ ਨਹੀਂ ਲੱਗ ਰਿਹਾ ਇਸ ਮੈਟਰ ਨੂੰ ਲੈ ਕੇ? ਸਵਾਲ ਹੈ ਐਮਐਲਏ ਗੋਪੀ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਆ ਉੱਥੇ ਜਾ ਕੇ ਚੈੱਕ ਵੀ ਕੀਤਾ ਔਰ ਖਾਸ ਕਰ ਦੋ ਇੰਡਸਟਰੀਆਂ ਇਲੈਕਟ੍ਰੋਪਲੇਟਿੰਗ ਇੰਡਸਟਰੀ ਤੇ ਟਾਈਮ ਇੰਡਸਟਰੀ ਆਮੋ ਸਾਹਮਣੇ ਆ ਰਹੀ। ਸੁਣ ਲਓ ਯਾਰ, ਮੈਂ ਇੱਕ ਬਾਈ ਮਿਲ ਕੇ ਧਿਆਨ ਨਾਲ ਸੁਣ। ਕੱਲ ਪ੍ਰੈਸ ਕਾਨਫਰੰਸ ਕਰਦੇ ਆ ਇੰਡਸਟਰੀਆਂ ਵਾਲੇ, ਕਹਿੰਦੇ ਜੀ ਅਸੀਂ 2 ਸਾਲ 'ਚ ਪੰਜਾਬ ਛੱਡ ਦਿਆਂਗੇ। ਛੱਡ ਦਿਓ, ਪਿਛਲੀ ਵਾਰੀ ਵੀ ਉਹਨੇ ਪ੍ਰੈਸ ਕਾਨਫਰੰਸ ਕੀਤੀ, ਕਹਿੰਦਾ ਮੈਂ ਪੰਜਾਬ ਛੱਡ ਦੂ। ਕਿੱਡਾ ਬਸ਼ਰਮ ਬੰਦਾ ਹੈ ਉਹ, ਜਿਹੜਾ ਸੀਸੂ ਦਾ ਚੇਅਰਮੈਨ ਆ, 2-3 ਚੀਜ਼ਾਂ ਦੀਆਂ ਹੈਗੀਆਂ ਨੇ। ਉਹ ਬੰਦੇ ਦੀ 3 ਪ੍ਰੈਸ ਕਾਨਫਰੰਸ ਹੈ, ਚੋਣਾਂ ਤੋਂ ਪਹਿਲਾਂ ਵੀ ਆਉਂਦੀ ਹੈ। ਇਹ ਤੇ ਫਿਰ ਬਸ਼ਰਮੀ ਦੀ ਹੱਦ ਹੋ ਗਈ ਵੀ ਜਿੱਥੇ ਖਾਧਾ, ਜਿੱਥੇ ਬਣਾਇਆ, ਜਿੱਥੇ ਰੋਟੀ ਖਾਧੀ, ਅੱਜ ਉਸ ਧਰਤੀ ਨੂੰ ਛੱਡਣ ਦੀ ਉਹ ਗੱਲ ਕਰਦੇ ਪਏ। ਸਾਡਿਆਂ ਨੂੰ ਅਸੀਂ ਪਹਿਲਾਂ ਵਧਾਈ ਦੇਵਾਂਗੇ, ਫੈਕਟਰੀਆਂ ਸਮੇਤ ਜਾਣ ਲਾਉਣਗੇ ਕਿੱਥੇ ਵੀ ਦੱਸ ਦੇ। ਹੋਰ ਕਿਹੜਾ ਸੂਬਾ ਉਹਨਾਂ ਨੂੰ ਪਰਮਿਸ਼ਨ ਦੇ ਰਿਹਾ ਇਹ ਵੀ ਦੱਸ ਦੇ। ਰਾਜਸਥਾਨ ਦਾ ਚੀਕਾ ਮਾਰੀ ਜਾਂਦੇ ਆ, ਰਾਜਸਥਾਨ ਜਾਣ ਚਾਹੇ ਪ੍ਰਸ਼ਾਸਨ ਆ, ਇੰਡਸਟਰੀਅਲਿਸਟ ਨੇ, ਉਹ ਇਸ ਮੈਟਰ ਦੇ ਉੱਪਰ ਸੀਰੀਅਸ ਕਿਉਂ ਨਹੀਂ ਹੈਗੇ? ਤੁਸੀਂ, ਤੁਹਾਨੂੰ ਕੀ ਲੱਗਦਾ ਕਿ ਕਿਉਂ ਸੀਰੀਅਸ ਨਹੀਂ ਹੈਗੇ? ਦੇ ਆਲ ਆ ਮਨੀ ਮਾਈਂਡਡ ਪੋਲੀਟੀਸ਼ੀਅਨਾਂ ਨੂੰ ਤੇ ਬਿਊਰੋਕਰੈਟਸ ਨੂੰ ਟ੍ਰਾਂਸਫਰ ਹੋ ਰਿਹਾ, ਪੈਸੇ ਦੀ ਵੰਡ ਹੋ ਰਹੀ ਆ, ਲੋਕ ਮਰ ਰਹੇ ਆ, ਇਹਨਾਂ ਨੂੰ ਕੀ ਪਰਵਾਹ ਭਾਈ? ਭਾਈ ਜੋ ਇੱਕ ਬੇਨਤੀ ਆ, ਜਿੰਨੇ ਆ ਪਏ ਆ ਨਾ, ਜੇ ਇਹ ਤੁਸੀਂ ਬਣਦੀ ਆਪਣੀ ਭੂਮਿਕਾ ਨਿਭਾ ਦਿਓ, ਜ਼ਿੰਮੇਵਾਰੀ ਨਿਭਾ ਦਿਓ, ਕੰਮ ਹੋ ਗਿਆ। ਸੋਨੂੰ ਹੱਥ ਬੰਨ ਕੇ ਬੇਨਤੀ, ਤੁਹਾਡੇ ਵੀ ਜਵਾਕਾਂ ਨੇ ਪਾਣੀ ਪੀਣਾ। ਸਾਰੇ ਬੰਦੇ ਕਹਿ ਦਿੰਦੇ ਆ ਛੱਡ ਅਸੀਂ ਕੀ ਲੈਣਾ, ਆਪਾਂ ਕਬੀਲਦਾਰ ਬੰਦਿਆਂ ਜਵਾਬ ਪਾ ਦਿੰਦੇ ਆ, ਉਹ ਤੁਹਾਡੇ ਜਵਾਬ ਚਾਹੁੰਦੇ ਨਹੀਂ ਰਹਿਣੇ, ਧੂਆ ਹੀ ਲੈ ਲਓ ਪੈਸੇ ਇਕੱਠਾ ਕਰਕੇ। ਕਿੱਥੋਂ ਹੁਣ ਜਵਾਕ ਨਹੀਂ ਬਚਣੇ ਇੱਥੇ ਜਿਹੜੇ ਹਾਲਾਤ ਬਣ ਗਏ? ਜਿਹੜਾ ਬੰਦਾ ਅੱਜ ਇਹ ਗੱਲ ਕਹਿੰਦਾ ਮੈਂ ਕੀ ਲੈਣਾ, ਮੈਂ ਕਬੀਲਦਾਰ, ਮੈਂ ਜਵਾਕ ਪਾਲਦਾ, ਮੈਂ ਪੰਗੇ 'ਚ ਕਿਉਂ ਪੈਣਾ? ਤੁਸੀਂ ਘਰਾਂ 'ਚ ਬੈਠੇ ਮਰੋਗੇ, ਆ ਪਾਣੀ ਮਾਰੂ, ਜ਼ਹਿਰ ਮਾਰੂ, ਕੁਝ ਚੱਕੇ ਨਾ ਮਰ ਜਾਓਗੇ। ਇਹ ਮੁਨਾਫਾ ਕਮਾ ਰਹੇ ਨੇ ਔਰ ਉਹ ਮੁਨਾਫਾ ਵੰਡ ਰਹੇ ਨੇ ਅੱਗੇ, ਔਰ ਲੋਕਾਂ ਦੀ ਜਾਨ ਦੇ ਉੱਤੇ, ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਪਾ ਕੇ, ਬੰਦਿਆਂ ਨੂੰ ਮਾਰ ਕੇ ਮੁਨਾਫਾ ਕਮਾ ਰਹੇ। ਕੀ ਇਹਨਾਂ ਦੇ 302 ਲੱਖ ਨਹੀਂ ਚਾਹੀਦੀ ਕਿ ਨਹੀਂ? ਉਹ ਬਾਈ ਧਰਨੇ ਵੀ ਅਸੀਂ ਹੁੰਦਾ ਨਾ, ਅਸੀਂ ਲਾਉਂਦੇ ਪਹਿਲੀ ਗੱਲ, ਪੰਜਾਬ ਪ੍ਰਦੂਸ਼ਣ ਬੋਰਡ ਨੇ ਬਕਾਇਦਾ ਤੌਰ ਤੇ ਅੱਜ ਤੋਂ 8 ਦਿਨ ਪਹਿਲਾਂ ਲੈ ਕੇ ਪਾਣੀ ਬੰਦ ਕਰੋ। ਅਸੀਂ ਰੀਕਦੇ ਹਾਂ ਵੀ ਤੁਸੀਂ ਆਪ ਬੰਦ ਕਰਨਾ ਨਹੀਂ ਕਰਾਉਂਦੇ। ਦੂਜੀ ਗੱਲ ਪੰਦਰਾਂ ਨੂੰ ਕੋਟਾ, ਸਾਰੇ ਲੋਕ ਝੋਨੇ ਦਾ ਸੀਜ਼ਨ ਹੈ, ਅਸੀਂ ਲੋਕ ਲਹਿਰ ਬਣਾ ਕੇ ਲੋਕਾਂ ਦੇ ਨਾਲ ਆ, ਅਸੀਂ ਬੇਫਿਕਰ ਆ ਨਹੀਂ ਵੀ ਸਾਨੂੰ ਕੋਈ ਕਹਿ ਦੂਗਾ ਅਸੀਂ ਬੈਠਣ ਨਹੀਂ ਦਿੰਦੇ, ਇੰਨੇ ਨੀ ਅਸੀਂ ਹਲਕੇ ਹੈਗੇ ਵੀ ਕੱਲ ਨੂੰ ਕਦੇ ਘਰ ਨਹੀਂ ਬੈਠਾਂਗੇ। ਕਹਿੰਦਾ ਅੱਜ ਆ ਵੀ ਆਹ ਵੀ ਨਹੀਂ ਕਰਾਂਗੇ, ਅਸੀਂ ਕਹਿੰਦਾ ਫਾਈਟ ਟੀਮ ਨੇ ਫੈਸਲਾ ਲਿਆ ਵੀ ਜੇ ਕਰਾਂਗੇ ਤਾਂ ਠੀਕ ਕਰਾਂਗੇ। ਭਾਈ ਯਾਰ, ਦੁੱਖ ਦੀ ਗੱਲ ਇਹ ਆ ਵੀ ਜਿਹੜਾ ਮੁੱਖ ਮੰਤਰੀ ਆ ਰੋਜ਼ ਟੂਕਦਾ ਯਾਰ, ਆ ਕਿੰਜਾ ਰੋਜ਼ ਪਿੰਡਦਾ, ਉਹ ਮੋਦੀ ਜਵਾਨਬੰਦੀ ਕਰਦਾ, ਤੁਸੀਂ ਕੀ ਕਰ ਰਹੇ ਹੋ? ਆ ਜਵਾਨਬੰਦੀ ਨੀ, ਹਰਿਆਣੇ ਦੇ ਖੜਾ ਦੇ ਡੰਗ ਵਾਲੇ ਪੁਲਿਸ ਵਾਲੇ ਆ।
ਰਾਜਸਥਾਨ ਨੂੰ ਸਾਫ ਦੇਣਾ ਤੇ ਪੰਜਾਬ ਵਾਲਿਆਂ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਉਹਨਾਂ ਨੂੰ ਸਾਫ ਨਹੀਂ ਦੇਣਾ। ਜਿਹੜੀ ਸਰਕਾਰ ਦੀ ਵੱਡੀ ਪ੍ਰੋਬਲਮ ਹੈ ਉਹ ਕਹਿੰਦੇ ਆ ਜੀ ਅਸੀਂ ਲੋਕਾਂ ਦੇ ਪੈਸੇ ਨਾਲ ਫੈਕਟਰੀ ਦਾ ਗੰਦ ਬਾਰ ਬਾਰ ਚੱਕਣ ਨੂੰ ਤਿਆਰ ਹਾਂ, ਪਰ ਫੈਕਟਰੀਆਂ ਨੂੰ ਗੰਦ ਪਾਉਣ ਤੋਂ ਰੋਕਣਾ ਨਹੀਂ। ਸਾਡੀ ਲੜਾਈ ਇਹ ਹੈ ਵੀ ਸਾਡੇ ਦਰਿਆਵਾਂ ਦੇ ਵਿੱਚ ਚਾਹੇ ਬੁੱਢਾ ਦਰਿਆ ਚਾਹੇ ਸਤਲੁਜ ਵਿੱਚ ਗੰਦ ਪਏ ਹੀ ਕਿਉਂ, ਅਸੀਂ ਆਪਣੇ ਪੈਸੇ ਨਾਲ ਹਰ ਸਾਲ ਸਾਫ ਨਹੀਂ ਕਰਨਾ। ਅੱਜ ਵੀ ਡੀਸੀ ਦਫ਼ਤਰ ਕਹਿਣ ਡਿਆ ਵੀ ਅਸੀਂ ਸਫਾਈ ਦਾ ਜਾਇਜ਼ਾ ਲਿਆ, ਤੁਸੀਂ ਹੁਣ ਇਹਨਾਂ ਫੈਕਟਰੀ ਵਾਲਿਆਂ ਦੇ ਗੰਦ ਚੱਕਣ ਨੂੰ ਰਹਿ ਗਏ ਹੋ। ਪ੍ਰੋਬਲਮ ਉੱਥੇ ਆ, ਪਰ ਨਾਲੇ ਆਰਡਰ ਹੋ ਚੁੱਕੇ ਆ ਨੈਸ਼ਨਲ ਪੋਲਿਊਸ਼ਨ ਬੋਰਡ ਦਾ, ਪੰਜਾਬ ਪੋਲਿਊਸ਼ਨ ਬੋਰਡ ਦਾ, ਪੰਜਾਬ ਗਵਰਨਮੈਂਟ ਦਾ, ਰੋਕ ਦੇ ਕਿਉਂ ਨਹੀਂ? ਸਾਰਿਆਂ ਦਾ ਆਰਡਰ ਹੋ ਚੁੱਕਾ ਬੰਦ ਕਰੋ ਪਾਣੀ, ਬੰਦ ਕਰੋ, ਬੰਦ ਕਿਉਂ ਨਹੀਂ ਕਰਦੇ? ਇਹ ਗਲਤ ਕਾਨੂੰਨੀ ਆ। ਇੱਕ ਅਮਰੋ ਜੀ, ਇੱਕ ਵਿਧਾਇਕ ਗੋਗੀ ਕਹਿੰਦੇ ਨੇ ਅਫਸਰਸ਼ਾਹੀ ਆ ਵੀ ਹੈਗੀ ਆ, ਉਹ ਕਹਿੰਦੇ ਮੁੱਖ ਮੰਤਰੀ ਨੇ ਕਿਹਾ ਉਹਨੂੰ ਵੀ ਪੁੱਛ ਲਾ ਕੁਛ, ਆਪਦੀ ਵਿਧਾਨ ਸਭਾ ਚ ਵੀ ਬੋਲਣਾ, ਇਹ ਕਿਉਂ ਫਾਲਤੂ ਦੀਆਂ ਗੱਲਾਂ? ਇਹ ਸਸਤੀਆਂ ਹਲਕੀਆਂ ਗੱਲਾਂ ਨੇ, ਅਸੀਂ ਲੋਕਾਂ ਦੀ ਜਾਨ ਮਾਲ ਬਚਾਉਣ ਦੀ ਗੱਲ ਕਰ ਰਹੇ ਹਾਂ, ਮਜ਼ਾਕ ਦੀ ਗੱਲ ਨਹੀਂ ਕਰ ਰਹੇ। ਇਹ ਮਜ਼ਾਕ ਵਾਲੀਆਂ ਗੱਲਾਂ ਨੇ, ਇਹ ਮਜ਼ਾਕ ਉਡਾਉਣਾ, ਗੰਭੀਰ ਮੁੱਦੇ ਦਾ ਮਜ਼ਾਕ ਉਡਾਇਆ ਜਾ ਰਿਹਾ। ਗੋਗੀ ਕਹਿੰਦਾ ਵੀ ਅਸੀਂ ਬੁੱਢਾ ਦਰਿਆ ਸਾਫ਼ ਕਰਨਾ ਹੈ, ਚੰਗੀ ਗੱਲ ਹੈ, ਪਰ ਸਾਫ਼ ਕਰਨ ਲਈ ਉਹਨੂੰ ਹਰ ਵਾਰੀ 15 ਡਾਈਂਗ ਵਾਲੇ ਨਾਲ ਕਿਉਂ ਚਾਹੀਦੇ ਆ? ਇਹ ਸਾਡਾ ਸਵਾਲ ਹੈ ਉਹਨੂੰ। ਹਾਂਜੀ, ਕਰਪਸ਼ਨ, ਮੋਟਾ ਚੜਾਵਾ, ਪੈਸਾ, ਇਹ ਜਿਹੜਾ ਬੇਈਮਾਨੀ ਹੈ ਪੰਜਾਬ ਪ੍ਰਤੀ, ਲੋਕਾਂ ਪ੍ਰਤੀ ਜੋ ਤੁਸੀਂ ਧਰੋਹ ਕਰ ਰਹੇ ਹੋ, ਆਹ ਵਜ੍ਹਾ ਹੈ। ਵਰਨਾ ਜੋ ਇੱਕ ਮੇਰੀ ਗੱਲ ਸੁਣੋ, ਅਸੀਂ ਕੋਈ ਗੁਨਾਹ ਤਾਂ ਨਹੀਂ ਕੀਤਾ, ਸਾਨੂੰ ਇੱਥੇ ਰੋਕਣ ਲਈ ਆ ਕਿੰਨੇ ਖੜੇ ਨੇ, ਤੇ ਆ ਜਿਹੜੇ ਸ਼ਰਿਆਂ ਗੰਦ ਪਾ ਰਹੇ, ਜਿਹਦੇ ਲਈ ਨੈਸ਼ਨਲ ਪੋਲਿਊਸ਼ਨ ਬੋਰਡ ਆਰਡਰ ਕਰ ਚੁੱਕਿਆ, ਪੰਜਾਬ ਪੋਲਿਊਸ਼ਨ ਬੋਰਡ ਆਰਡਰ ਕਰ ਚੁੱਕਿਆ, ਪੰਜਾਬ ਗਵਰਨਮੈਂਟ ਕਰ ਚੁੱਕੀ ਹੈ। ਜਾ ਕੇ ਵੇਖੋ ਤੇ ਤਾਜਪੁਰ, ਜਾ ਕੇ ਵੇਖੋ ਫੋਕਲ ਪੁਆਇੰਟ ਤੇ ਪਾਣੀ ਪੈ ਰਿਹਾ ਕਿ ਨਹੀਂ ਪੈ ਰਿਹਾ, ਉਹਨਾਂ ਨੂੰ ਕਿਉਂ ਨਹੀਂ ਫੜਦੇ? ਆ ਡੰਗਾ ਵਾਲੇ ਉੱਥੇ ਕਿਉਂ ਨਹੀਂ ਜਾਂਦੇ? ਮਾਨ ਸਾਹਿਬ, ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ, ਪਰ ਆਪਣੇ ਹੱਕ ਜਿਹੜੇ ਨੇ ਉਹਨਾਂ ਨੂੰ ਅੱਗੇ ਰੱਖਣ ਦੇ ਲਈ ਹਮੇਸ਼ਾ ਪ੍ਰੋਟੈਸਟ ਕਰਨਾ ਪੈਂਦਾ ਜਾਂ ਡਾਂਗਾ ਖਾਣੀਆਂ ਪੈਂਦੀਆਂ ਸਿੱਧੇ ਤੌਰ ਤੇ ਕਹਿ ਲਈ, ਕੀ ਇਹ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ? ਖੁਦੇ ਗੱਲਾਂ ਬੋਲਦੇ ਰਹੇ ਨੇ ਤੇ ਦਿੱਲੀ ਚ ਅੱਜ ਵੀ ਬੋਲ ਰਹੇ ਨੇ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ।